ਸਤਿ ਸ਼੍ਰੀ ਅਕਾਲ ਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਸਰਦਾਰ ਸਾਹਿਬ ਨੇ ਸਾਡੇ ਕੋਲ ਇੱਕ ਨਵੀਂ ਕਾਰ ਪਰਚੇਜ਼ ਕਰਨ ਵਾਸਤੇ ਸਾਡੀ ਇੱਕ ਡਿਊਟੀ ਲਾਈ ਸੀ, ਅਤੇ ਆਪਾਂ ਪਹਿਲਾਂ ਦੇਖਦੇ ਸਰ ਨੇ ਕਾਰ ਕਿਹੜੀ ਅਸੀਂ ਆਪਾਂ ਲੈ ਕੀਤੀ ਸਰਦਾਰ ਸਾਹਿਬ ਨੂੰ, ਉਹ ਦੇਖਦੇ ਵੀ ਗੱਡੀ ਕਿਹੜੀ ਆ ਜੀ। ਇਹ ਆ ਜੀ, ਮੁਬਾਰਕਾਂ ਸਰ ਤੁਹਾਨੂੰ ਬਹੁਤ ਬਹੁਤ ਜੀ। ਸਕਾਰਪੀਓ ਐਨ ਬਲੈਕ ਕਲਰ 'ਚ, ਅਤੇ ਇੱਕ ਸਾਡੀ ਇਹਨਾਂ ਨੇ ਡਿਊਟੀ ਲਾਈ ਸੀ ਥੋੜ੍ਹੇ ਕੁ ਦਿਨ ਪਹਿਲਾਂ, ਵੀ ਸਾਨੂੰ ਜ਼ਰੂਰੀ ਕਾਰ ਚਾਹੀਦੀ ਆ। ਅਤੇ ਅੱਜ ਆਪਾਂ ਸਰਦਾਰ ਜੀ ਨੂੰ ਪੁੱਛਦੇ ਵੀ ਕਿਹੜੀ ਜਗ੍ਹਾ ਤੋਂ ਆਏ ਆ, ਔਰ ਸਾਡੇ ਬਾਰੇ ਇਹਨਾਂ ਨੂੰ ਕਿੱਦਾਂ ਪਤਾ ਲੱਗਾ, ਜਿਹੜੀ ਕਾਰ ਕਰਨ ਦੀ ਡਿਊਟੀ ਲਾਈ ਸੀ ਉਹ ਕਿੱਦਾਂ ਨਿਭੀ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਸਰ ਕਿਹੜੀ ਜਗ੍ਹਾ ਤੋਂ ਆਏ ਜੀ? ਸਾਡਾ ਪਿੰਡ ਡੱਲਾ, ਕਾਜ਼ੀਆਂ ਦੇ ਕੋਲ ਵਾ। ਠੀਕ ਹੈ ਜੀ। ਮੇਰਾ ਪਰਿਵਾਰ ਬਾਹਰੋਂ ਆਇਆ, ਉਹਨਾਂ ਬੱਚਿਆਂ ਨੇ ਤੁਹਾਡਾ ਕਦੇ ਆਪਣੇ ਵੇਖਿਆ ਅਤੇ ਯੂਟਿਊਬ ਦੇ। ਹਾਂਜੀ। ਅਤੇ ਆਪਾਂ ਦੋਵਾਂ ਭਰਾਵਾਂ ਸਲਾਹ ਕੀਤੀ ਕਿ ਕਾਰ ਲੈਣੀ, ਤਾਂ ਆਪਾਂ ਮੈਂ ਤਾਂ ਵੇਖੀ, ਮੇਰਾ ਭਰਾ ਵਾ ਛੋਟਾ, ਆਪਾਂ ਸੋਚਿਆ ਵੀ ਆਪਾਂ ਤੁਹਾਡੇ ਕੋਲ ਜਾਂਦੇ ਹਾਂ, ਤੁਹਾਡੇ ਕੋਲ ਆਏ, ਤੁਸੀਂ ਵਧੀਆ ਸਾਨੂੰ ਪਿਆਰ ਦਿੱਤਾ, ਪਿਆਰ ਦੇਣ ਦੇ ਬਾਵਜੂਦ ਸਾਨੂੰ ਗੱਡੀ ਦੇ ਦਿੱਤੀ, ਤੁਹਾਡਾ ਧੰਨਵਾਦ। ਇਹ ਕਰਕੇ ਬਹੁਤ ਜਿੱਦਾਂ ਟਾਈਮ ਤੇ ਸਾਡੇ ਵਾਸਤੇ ਡਿਊਟੀ, ਹਾਂ ਹਾਂ ਪੂਰੀ ਕਰਦੀ, ਪੂਰੀ ਹੋ ਗਈ। ਹਾਂਜੀ ਹਾਂਜੀ, ਹੋ ਗਈ, ਮਿਹਰਬਾਨੀ। ਬਹੁਤ ਟਾਈਮ ਤੇ ਨਹੀਂ ਖਰਾਬ, ਨਹੀਂ ਕੋਈ ਪਤਾ ਕਰ ਕੇ ਕਾਰੋਬਾਰ ਟਾਈਮ ਵੱਧ ਵੀ ਲੱਗਦਾ, ਪਰ ਮੈਂ ਨਾ ਸਾਡੇ ਭਰਾ ਨੇ ਬਹੁਤ 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 ਮਿਹਰਬਾਨੀ, ਮਤਲਬ ਭੰਡਾਰੀ ਸਾਹਿਬ ਦਾ, ਜਿਹਨਾਂ ਸਾਨੂੰ ਨੇੜੇ ਟਾਈਮ ਤੇ ਸਾਨੂੰ ਕਾਰ ਦੇ ਦਿੱਤੀ, ਸਾਨੂੰ ਲੋੜ ਹੀ ਹੈ, ਕਰਕੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਔਰ ਸਾਡੇ ਸਾਰੇ ਵੀਰ ਵੀਡੀਓ ਦੇਖਦੇ ਆ ਸਾਡੇ ਬਾਰੇ, ਜਾਂ ਸਾਡੇ ਸਟੋਰ ਬਾਰੇ, ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਮੈਂ ਤਾਂ ਸੋਚਦਾ ਵੀ ਮਤਲਬ ਇੱਦਾਂ ਦਾ ਸ਼ਾਇਦ ਸਾਡੇ ਇਲਾਕੇ 'ਚ ਮਾਣ ਵਾਲੀ ਗੱਲ ਆ, ਕੋਈ ਸ਼ੋਰੂਮ ਨਹੀਂ ਹੋਣਾ ਜਿੱਦਾਂ ਤੁਹਾਡਾ ਸ਼ੋਰੂਮ ਆ। ਤੁਹਾਡੇ ਕਾਰੋਬਾਰ 'ਤੇ ਵੇਖਿਆ, ਤੁਹਾਡੇ ਜਿਹੜੇ ਇੱਥੇ ਦੇ ਤੁਹਾਡੇ ਕੰਮ ਕਰਨ ਵਾਲੇ, ਤੁਹਾਡੇ ਪਰਿਵਾਰ ਦੇ ਜੀ ਬਹੁਤ ਵਧੀਆ, ਬੜੇ ਮਲਾਪੜੇ ਆ, ਮਤਲਬ ਤੁਹਾਡੇ ਕਰਮਚਾਰੀ ਵੀ ਮੈਂ ਤਾਂ ਵੇਖ ਕੇ ਉੱਦਾਂ ਆਉਣਾ ਵੀ, ਜੇ ਕਦੇ ਕੋਈ ਇੱਦਾਂ ਦੀ ਕਮੀ ਨਹੀਂ ਮਹਿਸੂਸ ਹੁੰਦੀ, ਬਦਲੀ ਵੀ ਮੈਂ ਬਾਹਰੋਂ ਆਇਆ। ਥੈਂਕ ਯੂ ਜੀ, ਮੁਬਾਰਕਾਂ ਸਰ ਤੁਹਾਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਮੇਰੇ ਇੰਡੀਅਨ ਵਾਲਿਆਂ ਨੂੰ ਔਰ ਐਨ ਆਰ ਵੀਰਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਅੱਜ ਫਿਰ ਦੁਬਾਰਾ ਨਵੀਂ ਵੀਡੀਓ ਵਿੱਚ ਨਵੀਆਂ ਕਾਰਾਂ ਨਾਲ ਮੇਰੇ ਸਾਰੇ ਵੀਰਾਂ ਦਾ ਸਵਾਗਤ ਹੈ। ਔਰ ਜਿਸ ਤਰ੍ਹਾਂ ਸਾਡੇ ਵੀਰ ਕਹਿੰਦੇ ਸੀ, ਸਕਾਰਪੀਓ ਫਿਰ ਚੁਆਇਸ ਵਧੀ ਪਈ ਆ, ਔਰ 7-ਸੀਟਰ ਕਾਰਾਂ ਸਾਨੂੰ ਦਿਓ ਆਪਣੇ ਵੀਰਾਂ ਵਾਸਤੇ। ਅੱਜ ਤੁਸੀਂ ਥੰਬਨੇਲ ਦੇਖ ਲਿਆ ਹੋਣਾ, ਸਿਰਫ ਅੱਜ ਸਕਾਰਪੀਓ 7-ਸੀਟਰ ਕਾਰਾਂ ਹੀ ਆਪਣੇ ਵੀਰਾਂ ਨੂੰ ਦਿਖਾਵਾਂਗੇ। ਔਰ ਘੱਟ ਚੱਲੀਆਂ 0 ਮੀਟਰ, 23 ਮਾਡਲ, 20 ਮਾਡਲ, 21 ਮਾਡਲ, 18 ਮਾਡਲ, ਇੱਦਾਂ ਦੀਆਂ ਕਾਰਾਂ ਜੋ ਕਿ ਅੱਜ ਵੀਡੀਓ ਦਿਖਾਉਂਦੇ ਹਾਂ। ਜਿਸ ਤਰ੍ਹਾਂ ਸਾਡੇ ਵੀਰ ਕਹਿੰਦੇ ਜੀ ਕਿੰਨਾ ਕੁ ਲੋਨ ਹੋ ਜਾਂਦਾ ਆਪਣੇ ਕਾਰਾਂ 'ਤੇ, ਸਰ ਹਰ ਜਿਹੜੀ ਮਰਜ਼ੀ ਕਾਰ ਲਓ ਸਾਡੇ ਕੋਲ 12 ਮਾਡਲ ਤੋਂ ਉੱਪਰ 30% ਤੁਸੀਂ ਦੇਣਾ, ਅਤੇ 70% ਆਪਾਂ ਕਾਰ 'ਤੇ ਲੋਨ ਕਰਾਂਗੇ। ਔਰ ਸੇਮ ਡੇ ਅਗਰ ਤੁਸੀਂ ਡਾਕੂਮੈਂਟ ਆਪਣੇ ਸਾਰੇ ਨਾਲ ਲੈ ਕੇ ਆਉਂਦੇ, ਸੇਮ ਡੇ ਹੀ ਕਾਰ ਡਿਲੀਵਰ ਕਰਾਂਗੇ। ਔਰ ਜਿਸ ਕਿਸੇ ਵੀਰ ਨੂੰ ਨਵੀਂ ਵੀ ਚਾਹੀਦੀ ਹੋਵੇ ਕਾਰ, ਜੋ ਕਿ ਸਾਲ ਦੀ ਬੁਕਿੰਗ ਵਾਲੀ ਕਾਰ, ਕੋਈ 6 ਮਹੀਨੇ ਦੀ ਬੁਕਿੰਗ ਵਾਲੀ ਕਾਰ, ਉਹ ਵੀ ਸਾਡੇ ਨਾਲ ਜ਼ਰੂਰ ਟਾਈ ਅਪ ਕਰੋ। ਆਪਾਂ ਜਲਦੀ ਤੋਂ ਜਲਦੀ ਵੱਧ ਤੋਂ ਵੱਧ 2 ਜਾਂ 3 ਦਿਨ ਦੇ ਵਿੱਚ ਕਾਰ ਉਹ ਵੀ ਅਰੇਂਜ ਕਰਕੇ ਦੇ ਰਹੇ ਹਾਂ। ਜਿੱਥੋਂ ਮਰਜ਼ੀ ਪੂਰੇ ਪੰਜਾਬ 'ਚੋਂ, ਹਿਮਾਚਲ 'ਚੋਂ, ਹਰਿਆਣੇ 'ਚੋਂ, ਜਿੱਥੋਂ ਮਰਜ਼ੀ ਆਓ, ਸੇਮ ਡੇ ਹੀ ਕਾਰ ਦੇਵਾਂਗੇ, ਜਲਦੀ ਤੋਂ ਜਲਦੀ ਡਿਲੀਵਰੀ। ਔਰ ਜਲਦੀ ਤੋਂ ਜਲਦੀ ਲੋਨ ਦਾ ਵੀ ਨਾਲ ਹੀ ਫੈਸਲਾ ਲੈ ਕੇ, ਨਾਲ ਹੀ ਆਪਾਂ ਉਸੇ ਟਾਈਮ ਸੇਮ ਡੇ ਕਾਰ ਡਿਲੀਵਰ ਕਰਾਂਗੇ। ਔਰ ਜੋ ਕਿ ਸਾਡੀ ਲੋਕੇਸ਼ਨ ਆ, ਉਹ ਸਾਡੀ ਹੈਗੀ ਜੀ ਭੋਗਪੁਰ ਸ਼ਹਿਰ, ਡਿਸਟ੍ਰਿਕਟ ਜਲੰਧਰ। ਜੇ ਤੁਸੀਂ ਜਲੰਧਰ ਸਾਈਡ ਤੋਂ ਆ ਰਹੇ ਹਾਂ, ਤਾਂ ਜਲੰਧਰ ਤੋਂ 20 ਕਿਲੋਮੀਟਰ ਤੁਹਾਨੂੰ ਆਉਣਾ ਪੈਣਾ ਭੋਗਪੁਰ। ਜੇ ਤੁਸੀਂ ਪਠਾਨਕੋਟ ਸਾਈਡ ਤੋਂ ਆ ਰਹੇ ਹਾਂ, ਤੁਹਾਨੂੰ 70 ਕਿਲੋਮੀਟਰ ਪ੍ਰੋਪਰ ਪਠਾਨਕੋਟ ਤੋਂ ਪੈਣਾ ਜੀ ਭੋਗਪੁਰ ਸ਼ਹਿਰ। ਜੇ ਮੇਰੇ ਵੀਰ ਕੋਈ ਆ ਰਹੇ ਅੰਮ੍ਰਿਤਸਰ ਸਾਈਡ ਤੋਂ, ਅੰਮ੍ਰਿਤਸਰ ਤੋਂ ਉਹਨਾਂ ਨੂੰ ਆਉਣਾ ਪਏਗਾ ਜੀ ਪਹਿਲੇ ਕਰਤਾਰਪੁਰ। ਕਰਤਾਰਪੁਰ ਤੋਂ ਲੈਫਟ ਹੈਂਡ ਮੁੜਨਾ ਤੁਸੀਂ ਜੀ ਕਿਸ਼ਨਗੜ੍ਹ ਨੂੰ, ਅਤੇ ਕਿਸ਼ਨਗੜ੍ਹ ਪਹੁੰਚ ਕੇ ਫਿਰ ਲੈਫਟ ਹੈਂਡ ਮੁੜਨਾ ਭੋਗਪੁਰ। ਉੱਥੋਂ ਸਾਰਾ 10 ਕਿਲੋਮੀਟਰ ਹੈਗਾ ਜੀ, ਅਤੇ ਇਹ ਆਪਣੀ ਲੋਕੇਸ਼ਨ ਆ। ਔਰ ਜਿਸ ਤਰ੍ਹਾਂ ਕਿ ਸਾਡਾ ਉਪ 7 ਦਿਨ ਅਸੀਂ ਓਪਨ ਹੈ ਜੀ, ਔਰ ਟਾਈਮਿੰਗ ਹੈਗੀ ਸਵੇਰੇ 6 ਤੋਂ ਰਾਤੀ 7 ਤੋਂ 8 ਵਜੇ ਦੀ। ਔਰ ਜਿੱਦਾਂ ਕਿ ਸਾਡੇ ਵੀਰ ਕੋਲ ਜਲਦੀ ਵੀ ਸਵੇਰੇ ਅਰਲੀ ਵੀ ਆਉਣਾ ਚਾਹੁੰਦੇ ਆ, ਅਤੇ ਤੁਸੀਂ ਸਵੇਰੇ ਜਲਦੀ ਵੀ ਆ ਸਕਦੇ ਆ। ਔਰ ਗੂਗਲ 'ਤੇ ਵੀ ਆਪਣੀ ਲੋਕੇਸ਼ਨ ਲਾ ਕੇ ਡਾਇਰੈਕਟ ਵੀ ਆਓ ਜਦੋਂ ਮਰਜ਼ੀ। ਸਾਡੇ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਬੈਂਕ ਵਾਲੇ ਲੜਕੇ ਵੀ ਹਾਜ਼ਰ ਹੁੰਦੇ ਆ। ਹੁਣ ਆਪਾਂ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਆ, ਜਲਦੀ ਤੋਂ ਜਲਦੀ ਕਰਦੇ ਵੀਡੀਓ ਸਟਾਰਟ। ਆਓ ਜੀ। ਸਰ 2021 ਮਾਡਲ ਸਕੋਰਪੀਓ ਵਾਈਟ ਕਲਰ ਦੇ ਵਿੱਚ, ਔਰ ਕਾਰ ਚੱਲੀ ਆ ਸਿਰਫ ਔਰ ਸਿਰਫ 15,000 ਕਿਲੋਮੀਟਰ। ਇੱਕ ਸਰਵਿਸ ਜੇ ਕਾਰ ਦੀ ਹੋਈ ਜੀ S11, ਔਰ ਨੰਬਰ ਵੀ ਕਾਰ ਦਾ ਬਹੁਤ ਵਧੀਆ PB11 44 45 44 45। ਔਰ ਇਹਨੂੰ ਐਕਸਟਰਾ ਸੈਸਰੀ ਤੁਸੀਂ ਦੇਖ ਸਕਦੇ, ਅੱਗੇ ਗਾਰਡ ਲੱਗਾ ਜੀ, ਕਰੋਮ ਲੱਗੀ ਆ, ਔਰ ਅਲਾਈਟਰ 20 ਇੰਚੀ ਐਕਸਟਰਾ ਕਾਰ ਨੂੰ ਲੱਗੇ। ਔਰ ਕਾਰ ਦੀ ਹੋਈ ਆ, ਔਰ ਇਹ ਪਹਿਲੇ ਇੰਜਨ ਵਾਲੀ ਆ ਜੀ, 70 ਮੈਟ ਐਕਸਟਰਾ, ਔਰ ਟੱਚ ਪਲੇਅਰ ਵੀ ਬਹੁਤ ਵਧੀਆ ਐਕਸਟਰਾ ਲਗਵਾਇਆ ਪਾਲਟੀ ਨੇ। ਕੈਪਟਲ ਸੀਟਾਂ ਵਾਲੀ,
और बंपर टू बंपर फुल कार की ओरिजिनल की गरंटी होएगी, कोई बंपर भी कार का पेंट निकले, कोई मीटर बैग निकले और कार कोई भी निका मोटा भी कोई फाल्ट हो उस चीज़ के भी आप जिम्मे रहोंगे। S11 वाइट कलर के पहले इंजन वाली 2500 cc इंजन वाली PV11CZ4445 कार का नंबर है जी, और किसी वीर ने यह रिकॉर्ड चैक करके भी साढ़े ना अगर डील करनी कर सकता, और ये आप अपने वीर कार दे देंगे 1960,000 रुपये की 2021 मॉडल पहले इंजन वाली स्कॉर्पियो S11 वाइट कलर के। हुण आपां दिखाउने जी ब्लैक कलर 2018 और ये भी बंपर टू बंपर फुल कार ओरिजिनल फस्ट पार्टी, और एक्सट्रा इनू तुसीं देख सकते जी ये गार्ड भी लगभग 15,000 to 17,000 रुपये का एक्सट्रा गार्ड लगता जी, और इनू 20 इंची अलाइटर भी एक्सट्रा लगे, बिल्कुल प्लाटी दे अलाइटर है जी, और टोटली बंपर टू बंपर फुल ओरिजिनल दी इस कार की भी गरंटी है, और जैनुअन कार 56,000 किलोमीटर कार रनिंग है। इनू 70 मैट और ब्रांड न्यू कंडीशन कार है, और कोई भी दाग स्क्रैच या कोई पेंट या मीटर बैग इदा दी फुल कार की गरंटी है, कोई इदा दा कोई नुकसान नहीं होगा कार नू। ब्लैक कलर दे विच अमृतसर का नंबर PV02DS2250 कार का नंबर, किसी भी ने रिकॉर्ड भी चैक करना हो चैक करके सा डील कर सकता, और ये आप अपने वीर कार दे देंगे 16,80,000 रुपये की 2018 S11 ब्लैक कलर च स्कॉर्पियो और फुल एक्सेसरी कार लगी हुई। और हुण आने जी आप 2022 मॉडल स्कॉर्पियो सिर्फ 6,000 किलोमीटर कार ने, और इनू 22 इंची एक्स्ट्रा अलाए लगे जी वड्डे, और 6,000 किलोमीटर कार रनिंग, और नंबर भी बहुत वधिया लगा PV05AQ4200 पेड नंबर लगा जी, और नंबर दे भी एक्स्ट्रा साडे वीर ने पैसे खर्चे आ, और क्रोम दे अलाए आ, घट्ट घट्ट अलाए टायरे नॉर्मल 1.5 to 2 lakh के करीब ये सैट आ जी जो कि कार नूं लगा आ, और निक्की मोटी फुल कार लगी है जी, 70 मैट लैदर सीट कवर, फुल लैदर सीट कवर लगे, और ये नाल साढ़े वीर ने देखो ओरिजिनल जी ग्रिल से आई वह भी नाल उन्होंने सानू देती, और जो अंदरों टच प्ले का समान एक्सट्रा चेंज किया भी आप लियाए और पार्टी नाल देवे, जो साडा वीर सेवा करेगा उन्होंने समान सारा नाल ही जाएगा, और बंपर टू बंपर इस कार की रिटर्न दे विच भी गरंटी होएगी, कोई भी पीस पेंट कोई स्क्रैच कोई डेंट कोई मीटर बैग सारी फुल गरंटी रिटर्न च मिलेगी जी। और ये आप अपने 1,60,000 रुपये की 2022 मॉडल 6,000 किलोमीटर कार रनिंग स्कॉर्पियो। हुण आ गए जी जो कि इस टाइम पूरी पंजाब दी की इंडिया दी शान बनी हुई क्लासिक स्कॉर्पियो जो कि फुल वेटिंग च आ, और ये सिर्फ एक दिन पुरानी कार है 0 मीटर, और नंबर भी इनू पंच हो चुका है PV05AQ7919, एक कल दी कार दी बिलिंग है जी, 0 मीटर दी कार है, ब्रिजस्टोन दे नू जो कि टायर होंगे जो सीएट भी आ रहे हैं ब्रिजस्टोन दे स्पेशल आप देख के कार चॉइस की सी, और इन 70 मैट भी लगे जी, एक दिन पुरानी कार ब्लैक कलर दे विच S11 जो कि तुहाडे वीर को हाजिर आ, जिहड़ा मर्जी वीर साडे नाल आ के उस टाइम अपने घर ले जा सकदा जो कि वेटिंग वाली कार आ, आपां तुहानूं उस टाइम डिलीवरी नाल ही करके ना ही डॉक्यूमेंट रेडी है जो मर्जी साढ़े को आ के खड़ सकते हो ब्लैक कलर के। सत श्रीकाल जी सारे जन सत श्रीकाल, बाऊ जी ने सू कार परचेज की है, और बाऊ जी ने पूछते भी कि जगह तो आए हैं और साडा स्टोर उन्होंने किदा लगा और जी कार परचेज की वो किदा लगी ਬਾਈ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਹੈ ਸਰ ਕਿਹੜੀ ਜਗ੍ਹਾ ਤੋਂ ਆ ਜੀ ਅਸੀਂ ਵੈਸੇ ਤਾਂ ਜਲੰਧਰ ਦੇ ਰਹਿਣ ਵਾਲੇ ਹਾਂ ਬਟ ਹੁਣ ਕਾਫੀ ਦੇਰ ਤੋਂ ਕਰਨਾਲ ਰਹਿੰਦੇ ਹਾਂ ਅੱਜ ਮੈਂ ਕਰਨਾਲ ਤੋਂ ਆਇਆ ਸਪੈਸ਼ਲ ਗੱਡੀ ਲੈ ਮੇਰਾ ਮਤਲਬ ਤੁਸੀਂ 200-250 ਕਿਲੋਮੀਟਰ ਸਫ਼ਰ ਕੀਤਾ ਬਿਲਕੁਲ ਜੀ ਬਿਲਕੁਲ 270 ਕਿਲੋਮੀਟਰ ਲੱਗ ਗਏ ਪੈਂਦਾ ਜੀ ਇੱਥੋਂ ਅਤੇ ਕਿੱਦਾਂ ਲੱਗਾ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ
ਸਾਡਾ ਸਟੋਰ ਕਿਦਾਂ ਲੱਗਾ? ਸਟੋਰ ਬਹੁਤ ਵਧੀਆ ਲੱਗਿਆ, ਡੀਲਿੰਗ ਬਹੁਤ ਵਧੀਆ ਲੱਗੀ, ਸਾਡੀਆਂ ਕੁੜੀਆਂ ਨੇ ਸਾਨੂੰ ਬਹੁਤ ਵਧੀਆ ਚਾਹ ਪਲਾਈ ਔਰ ਬਹੁਤ ਬਹੁਤ ਵਧੀਆ, ਮਤਲਬ 15 ਮਿੰਟ ਹੀ ਲੱਗਿਆ ਆਪਾਂ ਨੂੰ ਗੱਡੀ ਲੈਣ ਨੂੰ, ਯਾਨੀ ਕਿ ਜ਼ਿਆਦਾ ਟਾਈਮ ਵੀ ਨਹੀਂ ਤੁਹਾਡਾ ਕੰਮ ਕੀਤਾ? ਬਿਲਕੁਲ ਬਿਲਕੁਲ। ਅਤੇ ਤੁਸੀਂ ਸਾਡਾ ਸਟੋਰ ਸਾਰਾ ਘੁੰਮ ਕੇ ਦੇਖਿਆ ਜੀ? ਬਿਲਕੁਲ ਜੀ, ਸਾਰਾ ਘੁੰਮ ਕੇ। ਕਿੱਦਾਂ ਲੱਗਿਆ ਸਾਡੀ ਕਾਰ? ਬਹੁਤ ਸ਼ਾਨਦਾਰ ਲੱਗਾ ਜੀ, ਬਹੁਤ ਸਾਫ ਗੱਡੀਆਂ ਸਾਰੀਆਂ ਤੁਹਾਡੇ ਕੋਲ। ਅਤੇ ਜਿਹੜੀ ਹੁਣ ਤੁਸੀਂ ਕਾਰ ਦਿੱਤੀ ਹੈ ਕਿੱਦੀ ਤੁਹਾਡੇ? ਇਹ ਬਹੁਤ ਵਧੀਆ ਜੀ, ਅਤੇ ਬਾਕੀ ਤੁਹਾਡਾ ਨਾਂ ਇੰਨਾ ਹੈਗਾ ਪੰਜਾਬ ਦੇ ਵਿੱਚ, ਹਰਿਆਣਾ ਤੱਕ ਨਾਂ ਚੱਲਦਾ। ਥੈਂਕ ਯੂ ਜੀ। ਔਰ ਤੁਸੀਂ ਸਾਡੇ ਵਿਊਅਰ ਹੁਣ ਵੀਡੀਓ ਦੇਖਦੇ ਆ, ਸਾਡੇ ਬਾਰੇ ਜਾਂ ਸਾਡੇ ਸਟੋਰ ਬਾਰੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਸੰਦੇਸ਼ ਇਹੀ ਹੈ ਕਿ ਜੇ ਤੁਸੀਂ ਵਧੀਆ ਗੱਡੀ ਲੈਣੀ, ਘੱਟ ਚੱਲੀ ਲੈਣੀ, ਸਾਫ ਗੱਡੀ ਲੈਣੀ ਹੈ, ਤੁਹਾਨੂੰ ਮਾਰਕੀਟ 'ਚ ਮਿਲ ਸਕਦੀ ਹੈ ਬਟ ਗਰੰਟੀ ਨਹੀਂ ਮਿਲਣੀ ਹੋਣੀ। ਭੰਡਾਰੀ ਸਾਹਿਬ ਕੋਲ ਆਓ, ਤੁਹਾਨੂੰ ਵਧੀਆ ਗੱਡੀ ਮਿਲੇਗੀ, ਸਾਫ ਗੱਡੀ ਮਿਲੇਗੀ, ਗਰੰਟੀ ਮਿਲੇਗੀ ਨਾਲ, ਔਰ ਭੰਡਾਰੀ ਸਾਹਿਬ ਦਾ ਪਿਆਰ ਮਿਲੇਗਾ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਮਹਾਰਾਜ, ਮੁਬਾਰਕਾਂ ਜੀ, ਔਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਰ। ਥੈਂਕ ਯੂ। ਇਹ ਸਰ ਆਪਣੇ ਆਪਣੇ ਵੀਰਾਂ ਵਾਸਤੇ ਲੈ ਕੇ ਜੀ, ਫੋਰਚੂਨਰ 2017 ਮਾਡਲ ਵਾਈਟ ਕਲਰ ਦੇ ਵਿੱਚ, ਔਰ ਸਿਰਫ 67,000 ਕਿਲੋਮੀਟਰ ਕਾਰ ਰਨਿੰਗ ਹੈ ਜੀ, ਔਰ ਬੰਪਰ ਟੂ ਬੰਪਰ ਫੁੱਲ ਕਾਰ, ਓਰੀਜਨਲ ਫਸਟ ਪਾਰਟੀ ਕਾਰ, PV10 FH0030 ਔਰ ਪੇਡ ਨੰਬਰ ਹੈ ਜੀ, ਔਰ 5 ਟਾਇਰ ਇਹਦੇ ਨਾਲ ਦੇ, ਇਕੱਲੇ ਇਕੱਲੇ ਟਾਇਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ 2017 ਦਾ ਮਾਰਕਾ, ਕੋਈ ਟਾਇਰ ਅਜੇ ਤੱਕ ਨਹੀਂ ਆਪਾਂ ਚੇਂਜ ਕਰਾਇਆ, ਸਟੱਪਣੀ ਅਨਯੂਜ਼, ਔਰ ਸਾਰੀ ਫੁੱਲ ਕਾਰ ਓਰੀਜਨਲ ਦੀ ਫੁੱਲ ਗਰੰਟੀ, ਮੈਨੂਅਲ ਦੇ ਵਿੱਚ ਪੁਸ਼ਪਨ ਸਟਾਰਟ, 67,000 ਕਿਲੋਮੀਟਰ ਕਾਰ ਰਨਿੰਗ, ਔਰ ਇਹਨੂੰ ਵੀ 70 ਮੈਟ ਲੱਗੇ ਹੋਏ ਜੀ ਦੋਨੋਂ ਚਾਬੀਆਂ ਦੇ ਨਾਲ, ਔਰ ਟੋਟਲੀ ਬੰਪਰ ਟੂ ਬੰਪਰ ਫੁੱਲ ਰਿਟਰਨ 'ਚ ਲਿਖ ਕੇ ਦੇਵਾਂਗੇ ਵੀ ਕਾਰ ਦਾ ਬੰਪਰ ਤੱਕ ਕਾਰ ਦਾ ਓਰਿਜਨਲ ਹੋਏਗਾ, ਔਰ ਟੋਟਲੀ ਨਵੀਂ ਕਾਰ ਹੈ, ਬ੍ਰੈਂਡ ਨਿਊ ਕੰਡੀਸ਼ਨ 'ਚ, ਘੱਟ ਚੱਲੀ ਹੋਈ ਔਰ ਜੈਨੂਨ ਚੱਲੀ ਹੋਈ ਕਾਰ, ਸਭ ਤੋਂ ਵੱਡੀ ਗੱਲ ਹੈ ਜੈਨੂਨ ਚੱਲੀ ਹੋਈ ਕਾਰ ਹੈ ਔਰ ਫਸਟ ਪਾਰਟੀ ਹੈ ਜੀ, ਔਰ ਇੱਦਾਂ ਦੀਆਂ ਬਹੁਤ ਘੱਟ ਚੱਲੀਆਂ ਕਾਰਾਂ ਔਰ ਜੈਨੂਨ ਚੱਲੀਆਂ ਲੱਭਦੀਆਂ, ਕਾਫੀ ਮੀਟਰ ਇੱਧਰ ਉੱਧਰ ਛੇੜਖਾਨੀ ਹੁੰਦੀ, ਆਪਾਂ ਕੋਈ ਇਹੋ ਜਿਹੀ ਇਹਨਾਂ ਨੇ ਕੋਈ ਛੇੜਖਾਨੀ ਨਹੀਂ ਕੀਤੀ, ਅਤੇ ਨਾ ਕਰਦੇ ਹਾਂ ਅਤੇ ਨਾ ਕਰਾਂਗੇ, ਇਹ ਆਪਣੇ ਵੀਰਾਂ ਨੂੰ ਆਪਾਂ ਕਾਰ ਦੇ ਦਾਂਗੇ 30 ਲੱਖ ਰੁਪਏ ਦੀ 2017 67,000 ਕਿਲੋਮੀਟਰ ਕਾਰ ਰਨਿੰਗ, ਡੀਜ਼ਲ ਵਰਜਨ, ਫੋਰਚੂਨਰ 4x2 ਮੈਨੂਅਲ, ਔਰ ਸਾਰੀ ਬੰਪਰ ਟੂ ਬੰਪਰ ਫੁੱਲ ਓਰੀਜਨਲ। ਸਤਿ ਸ਼੍ਰੀ ਅਕਾਲ ਜੀ ਸਾਰੇ ਜਣਿਆਂ ਨੂੰ, ਸਤਿ ਸ਼੍ਰੀ ਅਕਾਲ। ਅੱਜ ਸਾਡੇ ਸਰਦਾਰ ਸਾਹਿਬ ਸਾਡੇ ਕੋਲ 1 ਨਹੀਂ 2 ਕਾਰਾਂ ਲੈ ਕੇ ਚੱਲੇ ਆ, ਔਰ ਆਪਾਂ ਸਰਦਾਰ ਜੀ ਨੂੰ ਪੁੱਛਦੇ ਵੀ ਕਿਹੜੀ ਜਗ੍ਹਾ ਤੋਂ ਆਏ ਆ, ਔਰ ਸਾਡੇ ਕੋਲ ਅੱਜ ਪਹਿਲੀ ਵਾਰੀ ਆਏ ਆ ਜਾਂ ਅੱਗੇ ਵੀ ਕਿਤੇ ਵਿਜ਼ਿਟ ਕੀਤਾ, ਔਰ ਸਾਡਾ ਸਟੋਰ ਕਿੱਦਾਂ ਲੱਗਾ ਆਪਾਂ ਰਿਵਿਊ ਲੈਂਦੇ ਨਾ ਕੋਈ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਕਿਹੜੀ ਜਗ੍ਹਾ ਤੋਂ? ਮੈਂ ਗੁਰਦਾਸਪੁਰ ਤੋਂ ਆਇਆ ਜੀ। ਖਾਸ ਗੁਰਦਾਸਪੁਰ? ਹਾਂ, ਖਾਸ ਗੁਰਦਾਸਪੁਰ, ਪਿੰਡ ਕਨੂਆਨ। ਤੁਸੀਂ ਸਾਡੇ ਕੋਲ ਪਹਿਲੀ ਵਾਰੀ ਇੱਥੇ ਆਏ ਆ ਜਾਂ ਅੱਗੇ ਵੀ ਕਿਤੇ ਵਿਜ਼ਿਟ? ਨਹੀਂ, ਪਹਿਲੀ ਵਾਰੀ ਆਏ। ਤੁਸੀਂ ਸਰ? ਸਰ ਤੁਹਾਡਾ ਬਹੁਤ ਵਧੀਆ ਲੱਗਾ, ਸਟਾਫ ਵੀ ਬਹੁਤ ਵਧੀਆ ਲੱਗਾ। ਕਿਆ ਵਧੀਆ, ਬਹੁਤ ਜ਼ਿਆਦਾ ਵਧੀਆ ਲੱਗੇ। ਮੈਂ ਨਾ ਇਹਦਾ ਤਰ੍ਹਾਂ ਦੂਜੀ ਵਾਰੀ ਆਏ। ਹਾਂ, ਗੱਲ ਨਹੀਂ, ਬਸ ਸਾਨੂੰ ਬਹੁਤ ਹੀ ਵਧੀਆ ਗੱਡੀ, ਜੋ ਅਸੀਂ ਵੇਖਿਆ ਨਾ ਯੂਟਿਊਬ ਤੇ ਸਾਨੂੰ ਉਹੀ ਮਿਲਿਆ ਅੱਗੇ ਤੇ। ਤੇ ਸਾਡਾ ਸਟੋਰ ਦੇਖਿਆ ਸਾਰਾ ਘੁੰਮ ਕੇ, ਬਹੁਤ ਵਧੀਆ ਸਟੋਰ, ਵਧੀਆ ਸਟੋਰ ਤੁਹਾਡਾ, ਸਟਾਫ ਦਾ ਵਿਵਹਾਰ ਸਾਰਾ ਓਕੇ। ਅੱਛਾ, ਓਕੇ। ਕਈ ਵਾਰੀ ਬੰਦਾ ਕਹਿੰਦਾ ਯਾਰ ਮੈਂ ਦੂਰੋਂ ਜਾਣਾ ਕਾਰ ਲੈਣ, ਉੱਥੇ ਜਾ ਕੇ ਪਤਾ ਨਹੀਂ ਕੁਝ ਮਿਲਦਾ ਕਿ ਨਹੀਂ ਮਿਲਦਾ, ਜੋ ਸੋਚਿਆ ਸੋਚ ਤੋਂ ਪਰੇ ਨਿਕਲਿਆ ਜਾ ਕੇ। ਵਧੀਆ ਜੀ, ਸੋਚ ਤੋਂ ਪਰੇ ਨਿਕਲਿਆ ਜਾ ਕੇ। ਤੇ ਤੁਸੀਂ ਸਰ ਸਵੇਰੇ ਆਏ ਸੀ ਅੱਜ? ਹਾਂਜੀ, ਕਿੰਨੇ ਵਜੇ? ਸਵੇਰੇ ਕੋਈ ਅਸੀਂ 12 ਵਜੇ ਦੇ ਗਏ। ਤੇ ਤੁਹਾਡਾ ਲੋਨ ਦਾ ਪ੍ਰੋਸੈਸ ਹੋ ਗਿਆ ਸਰ? ਹੋ ਗਿਆ ਸਭ ਕੁਝ, ਯਾਨੀ ਕਿ ਕਿੰਨੇ ਘੰਟੇ ਲੱਗੇ ਤੁਹਾਨੂੰ ਲੋਨ ਦੇ ਵਿੱਚ ਪ੍ਰੋਸੈਸ ਕਰਕੇ? ਸਾਰਾ ਕੁਝ ਲੋਨ ਚ 15 ਮਿੰਟ ਲੱਗੇ। ਕੋਈ ਨਹੀਂ, ਤੇ ਯਾਨੀ ਕਿ 2 ਘੰਟੇ ਤੁਹਾਡਾ ਲੋਨ ਦਾ ਪ੍ਰੋਸੈਸ ਹੋ ਗਿਆ। ਹਾਂ, ਗੱਡੀ ਵੀ ਆਪਾਂ ਡਿਲੀਵਰ ਕਰ ਦਿੰਦੇ ਹਾਂ। ਬਸ ਬਸ, ਕੋਈ ਜ਼ਿਆਦਾ ਟਾਈਮ ਨਹੀਂ ਮੁੰਡੇ ਨੇ ਖਰਾਬ ਕੀਤਾ, ਜ਼ਿਆਦਾ ਟਾਈਮ ਨਹੀਂ ਕੀਤਾ ਐਵੇਂ ਕਹੀਏ। ਤੇ ਤੁਸੀਂ ਸਰਦਾਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ? ਸਾਨੂੰ ਤਾਂ ਬਹੁਤ ਵਧੀਆ ਲੱਗਾ ਜੀ ਇੱਥੇ ਆਣ ਕੇ। ਪਹਿਲਾਂ ਵੀ ਕਿਤੇ 3-4 ਗੱਡੀਆਂ ਵੇਖੀਆਂ, ਪਸੰਦ ਨਹੀਂ ਆਈਆਂ। ਠੀਕ ਹੈ ਜੀ। ਫਿਰ ਭਾਜੀ ਨੇ ਕਿਹਾ ਕਿ ਨਹੀਂ ਚਲੋ ਉਹਨਾਂ ਕੋਲ ਆਪਣੇ ਭੰਡਾਰੀ ਕਾਰ ਬਾਜ਼ਾਰ 'ਚ ਜਾਓ, ਸਾਨੂੰ ਵੀ ਕਿਸੇ ਨੇ ਚਲੋ ਕਿਹਾ ਕਿ ਇੱਥੇ ਆਏ ਨੇ, ਇੱਥੇ ਆਉਂਦਾ ਪਹਿਲਾਂ ਹੀ ਪਸੰਦ ਆ ਗਈ। ਮੈਂ ਕਿਹਾ ਉੱਥੇ ਜਾਣਾ ਵਾ ਤਾਂ ਗੱਡੀ ਲੈ ਕੇ ਵਾਪਸ ਆਉਣਾ। ਬਿਲਕੁਲ ਸਹੀ ਗੱਲ ਹੈ, ਮਾਧਵ ਕਿਰਪਾ ਉਹਨਾਂ ਕੋਲ ਸਟਾਕ ਬਥੇਰਾ ਆ। ਹਾਂਜੀ ਹਾਂਜੀ, ਬੰਦਾ ਕੋਈ ਨਾ ਕੋਈ ਤਾਂ ਵਧੀਆ ਕਰਕੇ ਆਨੇ ਜੀ। ਜੇ ਤੁਸੀਂ ਵਧੀਆ ਚੰਗੀ ਚੀਜ਼ ਦਿੰਦੇ ਜੇ ਤਾਂ ਹੀ ਆਉਂਦਾ, ਤਾਂ ਹੀ ਲੋਕ ਆਉਂਦੇ। ਬਸ ਸਦਾ ਹੁਣਾ ਹੁੰਦਾ ਵਾ। ਬਿਲਕੁਲ ਜੀ, ਜੇ ਤੁਸੀਂ ਚੰਗੀ ਦਿੰਦੇ ਜੇ ਤੁਸੀਂ ਮਾੜੀ ਚੀਜ਼ ਰੱਖੋਗੇ, ਬੰਦਾ ਸਾਡਾ ਵੀ ਫਰਜ਼ ਬਣਦਾ। ਤੁਸੀਂ ਦੂਰੋਂ ਆਏ ਆ, ਪੈਸੇ ਲਾਉਣੇ ਆ, ਤੁਹਾਡਾ ਪੈਸਾ ਇਹੋ ਜਿਹੀ ਜਗ੍ਹਾ ਤੇ ਨਾ ਲਵਾ ਦਈਏ ਜਿੱਥੇ ਖਰਾਬ ਹੋ ਜਾਵੇ। ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ। ਹੋਰ ਸਾਡੇ ਸਾਰੇ ਭਰਾ ਵੀਡੀਓ ਦੇਖਦੇ ਆ, ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਇੱਥੇ ਇੱਕ ਵਾਰੀ ਆ ਕੇ ਵਿਜ਼ਿਟ ਕਰੋ। ਇੱਕ ਵਾਰੀ ਤੁਸੀਂ ਆਓ, ਇੱਕ ਵਾਰੀ ਬਸ ਬਸ ਚਲੋ ਲੈ ਕੇ ਜਾਣੀ ਤੇ ਬਾਅਦ ਦੀ ਗੱਲ ਆ, ਪਹਿਲਾਂ ਆਣ ਕੇ ਚੈੱਕ ਕਰੋ ਗੱਡੀਆਂ। ਆਪਣੇ ਭੰਡਾਰੀ ਸਾਹਿਬ ਖਾਲੀ ਨਹੀਂ, ਚੈੱਕ ਕਰਕੇ ਖਾਲੀ ਤੇ ਨਹੀਂ ਜਾਣਗੇ, ਖਾਲੀ ਨਹੀਂ ਜਾਣਗੇ, ਫਿਰ ਜਾਣਗੇ ਲੈ ਕੇ ਜਾਣਗੇ, ਲੈ ਕੇ ਜਾਂਦਾ ਜਿਹੜਾ ਆਉਂਦਾ ਵੇਚਦੇ। ਥੈਂਕ ਯੂ ਜੀ, ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਜੀ। ਓਕੇ ਭਾਈ, ਓਕੇ ਜੀ।